ਇਹ ਕਿਹੜੀ ਚ ਅੱਜ ਕੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜ ਕੇ ਵੀ ਅੱਜ ਆਪਾਂ ਭੋਗ ਤੇ ਚੱਲੇ ਕਿਹੜੀ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ। ਕਿਉਂਕਿ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਪਾਰਟੀ ਦਾ ਨਾਂ ਲੈ ਜਾਂਦੇ ਆ। ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੋਈ ਸਟੈਂਡ ਨਹੀਂ। ਦੋਜੀ ਵਾਲੇ ਮੋਟਰਸਾਈਕਲ ਵਰਗੇ ਨੇ, ਜਿੱਦਾਂ ਨੂੰ ਮਰਜ਼ੀ ਟੇਢਾ ਕਰ ਦੋ ਉਦੋਂ ਹੀ ਖੜ ਜਾਂਦਾ। ਇਹਨਾਂ ਤੋਂ ਖੜਾ ਛੜਾ ਹੋ ਗਿਆ, ਇਹਨਾਂ ਨੂੰ ਮੂੰਹ ਨਾ ਲਾਇਓ ਕਿਰਪਾ ਕਰਕੇ। ਕਹਿੰਦਾ ਕੋਈ ਪਤਾ ਨੀ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣ। ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ, ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ, ਇਹੋ ਜਿਹੇ ਬੰਦਿਆਂ ਜਿਤਾਓ। ਅੱਜ ਆਪਾਂ ਪੰਜਾਬ ਦਾ ਬਜਟ, ਸ਼ਾਨਦਾਰ ਬਜਟ ਪੇਸ਼ ਕੀਤਾ। ਜੇ ਇਕੱਲੇ 2 ਸਾਲ ਦਾ ਬਜਟ ਲਾ ਲਈਏ ਨਾ, ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ, ਤਾਂ ਸਾਡਾ ਕਮਾਲ ਦੀ ਅਸੀਂ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਧਾ ਹੋਇਆ, GST 'ਚ 27% ਅਪ ਹੋਏ ਹਾਂ, ਐਕਸਾਈਜ਼ ਦੇ ਵਿੱਚ ਅਪ ਹੋਏ ਹਾਂ, ਮਾਈਨਿੰਗ ਦੇ ਵਿੱਚ ਅਪ ਹੋਏ ਹਾਂ, ਸਟੈਂਪ ਪੇਪਰ ਸਟੈਂਪ ਡਿਊਟੀ 'ਚ ਅਪ ਹੋਏ ਹਾਂ। ਪਰ ਸਾਨੂੰ ਉਹ ਵਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ, ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ। ਕਰਾਂਗੇ ਠੀਕ, ਸਾਥ ਦਿਓ, ਕਰਾਂਗੇ ਠੀਕ। ਉਹੀ ਖਜ਼ਾਨਾ, ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਟਰਾਂਸਫਾਰਮਰ ਨੇ, ਉਹੀ ਗ੍ਰਿਡ ਨੇ। ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫਰੀ ਹੁੰਦੀ ਹੈ ਜੀ? ਨੀਅਤ ਸਾਫ ਹੈ। ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ? ਨੀਅਤ ਸਾਫ ਹੈ। ਹੁਣ ਕਿਵੇਂ ਟੋਲ ਪਲਾਜ਼ੇ ਬੰਦ ਕਰਤੇ ਜੀ? ਉਹੀ ਸੜਕਾਂ ਨੇ, ਤਾਂ ਵੀ ਕੰਮ ਚੱਲੀ ਜਾਂਦਾ, ਨਾਲੇ ਨੌਕਰੀਆਂ ਦੇਈ ਜਾਂਦੇ ਹਾਂ। ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ, ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਤੁਹਾਡੇ ਚੋਂ ਜਾਣਗੇ। ਉਹ ਪਹਾੜਾਂ 'ਚ ਪਏ ਨੇ ਪੈਸੇ, ਹਾਂ ਕੱਢਾਂਗੇ ਜਿਉਂ ਜਿਉਂ ਪੱਟੀ ਜਾਂਦੇ ਹਾਂ, ਖਜ਼ਾਨਾ ਜਮਾਂ ਸਾਫ਼ ਆਈ ਜਾਂਦਾ। ਦੁਨੀਆ ਭਰ ਦਾ ਟੈਕਸ ਮਾਫ ਕਰਾ ਲਿਆ, ਲੋਕਾਂ ਨੂੰ ਬਿਜਲੀ ਮਾਫ਼ ਨਹੀਂ, ਸੁੱਖ ਵਿਲਾਸ ਨੂੰ ਬਿਜਲੀ ਮਾਫ਼ ਹੈ 7 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ, ਬੈਟ ਮਾਫ਼ ਹੈ 85 ਕਰੋੜ ਰੁਪਈਏ ਦਾ ਬੈਟ, ਇੱਕ 7-star ਹੋਟਲ ਨੂੰ 10 ਸਾਲਾਂ ਵਾਸਤੇ ਮਾਫ਼। ਦੱਸੋ ਹੱਦ ਹੈ ਯਾਰ। ਸੋ ਸ਼ਹੀਦ ਆਜ਼ਮ ਭਗਤ ਸਿੰਘ ਨੇ ਇਹ ਤਾਂ ਨਹੀਂ ਸੋਚਿਆ ਹੋਣਾ ਕਿ ਆਜ਼ਾਦੀ ਬਸ 2-4 ਪਰਿਵਾਰਾਂ 'ਚ ਹੀ ਰਹਿ ਜਾਊਗੀ ਪੰਜਾਬ 'ਚ, ਬਸ ਉਹੀ ਐਂ ਕਰਿਆ ਕਰਨਗੇ, ਰਾਜ ਕਰਿਆ ਕਰਨਗੇ। ਸੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਇਹ ਕਹਿ ਸਕਦਾ, ਅੱਜ ਵੇਰਕਾ ਦਾ ਸ਼ੁਰੂ ਹੋਇਆ, ਮੋਹਾਲੀ ਪਲਾਂਟ ਸ਼ੁਰੂ ਹੋਇਆ, ਹੋਰ ਖੁਸ਼ੀ ਦੀ ਖਬਰ ਦਿੰਦੇ ਹਾਂ। ਦਿੱਲੀ ਦੇ ਵਿੱਚ ਅਸੀਂ, ਕਿਉਂਕਿ MCD ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲਓ, ਅਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ, ਅਸੀਂ ਨਗਰ ਨਿਗਮ ਦੇ ਵਿੱਚੋਂ ਪਰਮਿਸ਼ਨ ਲੈ ਲਈ ਦਿੱਲੀ ਦੇ ਵਿੱਚ 150 ਜਗ੍ਹਾ 'ਤੇ ਵੇਰਕਾ ਦੇ ਜਿਹੜੇ ਬੂਥ ਬਣਨਗੇ, ਵੇਰਕਾ ਦੇ ਜਿਹੜੇ ਆ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਜਿਹੜਾ ਵੇਰਕਾ ਦਾ ਇੱਕ ਜਿਵੇਂ ਆਪਣਾ ਪਲਾਂਟ ਹੈ, ਬੂਥ ਕਹਿੰਦੇ